देखो हाँ देखो देखो मेहनत है। ये खाना ही बनाते हैं, ये कणक का आटा, ये गेहूं का, गेहूं का। इधर देख सकते हो ते भाई दी मेहनत देखो, ये तैयार हो रही है, ये तैयार हो रही है। जैसे हमारा माल लग जाता है वापस चल जाते हैं। अब गॉड लाएगा बोटी चिकन, चिकन मोटी पत्ती देखो मिनट ये पतली कर देंगे। हाँ जी भाई जी सुनाम सीगे असी समय ਤੇ ਇੱਥੇ ਨਾ ਰਾਜਸਥਾਨੀ ਭਰਾ ਮਿਲਿਆ ਸਾਨੂੰ। ਇਹ ਝਾੜੂ ਆਪਾਂ ਅਕਸਰ ਹੈ ਨਾ ਆਪਣੀਆਂ ਦੁਕਾਨਾਂ ਦੇ ਘਰਾਂ ਦੇ ਵਿੱਚ ਮਾਰਦੇ ਹਾਂ, ਪਰ ਬਣਦੇ ਕਿਵੇਂ ਆ ਝਾੜੂ ਇਹ? ਤੇ ਇੱਥੇ ਰਾਜਸਥਾਨੀ ਵੀਰ ਆਏ ਹੋਏ ਆ, ਭਰਾ ਆਏ ਹੋਏ ਆ ਤੇ ਨਾਲ ਪਰਿਵਾਰ ਆ ਹੈ ਨਾ। ਦੇਖੋ ਰੋਟੀ ਬਣਾ ਰਹੇ ਹਾਂ, ਵੀਡੀਓ ਨੂੰ ਪਹਿਲਾਂ ਤਾਂ ਸ਼ੇਅਰ ਕਰ ਦਿਓ, ਮਿਹਨਤ ਕਰਦੇ ਹਾਂ ਮਾਤਾ ਜੀ। ਆਹ ਬੱਚੇ ਦੇਖੋ ਛੋਟੇ ਛੋਟੇ ਹੈ ਨਾ, ਬਰਤਨ ਮਾਂਜ ਰਹੇ ਹਾਂ, ਦੇਖੋ ਰੋਟੀ ਰੋਟੀ ਖਾ ਰਹੇ। ਆਹ ਦੇਖੋ ਝਾੜੂ ਬਣਾ ਰਿਹਾ ਬਾਈ, ਆਹ ਦੇਖੋ ਦੇਖੋ ਮਿਹਨਤ। ਇਹ ਸੁਨਾਮ ਦੇ ਵਿੱਚ ਹੈ ਤੇ ਰਾਜਸਥਾਨੀ ਵੀਰ ਨੇ ਇਹ ਝਾੜੂ ਬਣੇ ਹੋਏ ਆ। ਇਹ ਕਿੰਨੇ ਦਾ ਝਾੜੂ ਦੇ ਰਹੇ ਹੋ? 85 ਕਿਲੋ, 50 ਰੁਪਏ ਦੀ ਦੋ ਝਾੜੂ ਆ। ਤੇ ਆਹ ਝਾੜੂ ਦੇਖ ਸਕਦੇ ਹੋ, ਤੇ ਇੱਧਰ ਦੇਖ ਸਕਦੇ ਹੋ ਤੇ ਬਾਈ ਦੀ ਮਿਹਨਤ ਦੇਖੋ, ਇਹ ਤਿਆਰ ਹੋ ਰਹੀ ਹੈ। ਇਹ ਤਿਆਰ ਹੋ ਰਹੀ ਹੈ ਜੀ, ਹਾਂਜੀ ਤਿਆਰ ਹੋ ਰਹੀ ਹੈ। ਇਹ ਕੀ ਚੀਜ਼ ਆ? ਇਹ ਕਿੱਲ ਹੈ ਜੀ, ਕਿੱਲ। ਹਾਂਜੀ, ਇਸਮੇ ਬਾਰੀਕ ਹੋਤੀ ਹੈ। ਅੱਛਾ, ਬਰੀਕ ਹੁੰਦੀ ਹੈ ਝਾੜੂ? ਹਾਂਜੀ ਹਾਂਜੀ। ਲਓ ਜੀ ਤੁਸੀਂ ਝਾੜੂ ਬਣਦਾ ਦੇਖੋ ਕਿਸ ਤਰ੍ਹਾਂ ਝਾੜੂ ਬਣਦਾ ਹਨਾ। ਤੇ ਬਾਈ ਕਿਹੜੀ ਜਗ੍ਹਾ ਤੋਂ ਆ? ਹਮ ਬਾਊ ਜੀ, ਹਮ ਰਹਿਣੇ ਵਾਲੇ ਬਿਲਵਾੜੇ ਜ਼ਿਲ੍ਹੇ ਕੇ। ਅੱਛਾ, ਔਰ ਤਹਿਸੀਲ ਸਾੜਾ ਹੈ, ਹਮ ਗਾਂਵ ਗੰਗਾਪੁਰ ਰਾਜਸਥਾਨ ਕੇ ਬਿਲਵਾੜਾ ਜ਼ਿਲ੍ਹੇ ਕੇ। ਅੱਛਾ, ਕਦੋਂ ਆਏ ਇੱਥੇ? ਇਧਰ ਆਤੇ ਵਕਤ ਵੈਸੇ ਤਾਂ ਹੋ ਗਿਆ ਹਮਕੋ 4-5 ਸਾਲ ਹੋ ਗਏ, ਮਗਰ ਜੈਸੇ 15-20 ਦਿਨ ਮਹੀਨਾ ਭਰ ਰਹਿ ਕੇ ਹਮ ਚਲੇ ਜਾਤੇ ਹੈ। ਜੈਸੇ ਹਮਾਰਾ ਮਾਲ ਲੱਗ ਜਾਤਾ ਹੈ ਵਾਪਸ ਚਲ ਜਾਤੇ। ਅੱਛਾ, ਮਾਲ ਉਧਰੋਂ ਹੀ ਲੈ ਕੇ ਆਉਂਦੇ ਫਿਰ? ਹਾਂਜੀ ਹਾਂਜੀ, ਚਿਤੌੜ ਸੇ ਲਾਤੇ ਹੈ ਮਾਲ। ਚਿਤੌੜ ਰਾਜਸਥਾਨ? ਹਾਂ ਰਾਜਸਥਾਨ। ਕੋਈ ਫੋਨ ਨੰਬਰ ਵਗੈਰਾ ਹੈ? ਹਾਂਜੀ, ਫੋਨ ਨੰਬਰ ਹੈ ਨਾ ਹਮਾਰਾ। ਬੋਲੋਗੇ? ਹਾਂਜੀ ਬੋਲ ਜਾਏਗੀ। ਬੋਲੋ ਜੀ ਫਿਰ। 97-72-97-24। ਇਹ ਜਿਹੜੇ ਝਾੜੂ ਬਣਾ ਰਹੇ ਹੈ ਕਿੰਨੇ ਦਾ ਝਾੜੂ ਹੈ? ਇਹ ਛੋਟੇ ਵਾਲੀ ਹੈ 50 ਕਿਲੋ ਹੈ। ਹਾਂਜੀ, ਔਰ ਬੜੇ ਵਾਲੀ 100 ਰੁਪਏ ਕਿਲੋ ਹੈ। ਅੱਛਾ, ਇਹ ਹਜੇ ਇਹਦੀ ਕਟਿੰਗ ਹੋਣੀ ਹੈ ਇਹਦੀ? ਅਬ ਇਹ ਹਾਲ ਇਸਕੀ ਬਾਕੀ ਹੈ, ਇਹ ਤਿਆਰ ਹੋ ਰਹਾ ਹੈ। ਦੇਖੋ ਮਿੱਤਰੋ, ਬਾਈਆਂ ਦੀ ਮਿਹਨਤ ਹਜੇ ਤਿਆਰ ਹੋ ਰਿਹਾ ਝਾੜੂ। ਮੰਨ ਲਾ ਇਹ ਝਾੜੂ ਆ, ਇਹੀ ਹੋ ਰਿਹਾ ਇਹ? ਹਾਂਜੀ ਹਾਂ, ਇਹੀ ਹੈ। ਆ ਜਿਹੜਾ ਝਾੜੂ ਆ ਨਾ, ਇਹਨੂੰ ਦੇਖੋ, ਇਧਰ ਦੇ ਦੋ, ਬਰੀਕ ਕੀਤਾ ਜਾ ਰਿਹਾ। ਦੇਖੋ ਆ ਮੋਟਾ। ਹਾਂਜੀ, ਇਹ ਮੋਟਾ ਹੈ ਜਾਂ ਬਰੀਕ ਹੋ ਜਾ ਰਿਹਾ? ਦੇਖੋ ਦੋ ਝਾੜੂ ਸਾਥ ਮੇ ਲੈ ਲਿਏ। ਅੱਛਾ, ਜਿਹਨੂੰ ਵੀ ਚਾਹੀਦਾ ਬਾਈ ਜੀ ਸੁਨਾਮ ਦੇ ਵਿੱਚ। ਕਿੱਥੇ ਆ ਮੜਾ ਦੱਸਿਓ, ਕਿੱਥੇ ਆ? ਇਹ ਸੁਨਾਮ ਜਾਂ ਰੋਡ ਕਾ ਹੈ ਪਤਾ ਨਹੀਂ, ਇਹ ਰੋਡ ਪੇ ਪਟਿਆਲਾ ਵਾਲਾ ਰੋਡ ਪੇ, ਪਟਿਆਲੇ ਵਾਲਾ ਰੋਡ ਆ ਸੁਨਾਮ। ਗੁਰਦੁਆਰੇ ਕੇ ਪਾਸ, ਗੁਰਦੁਆਰੇ ਦੇ ਬਿਲਕੁਲ ਨੇੜੇ ਹੀ ਹੈ। ਹਾਂਜੀ ਬਾਈ, ਬੈਠੇ ਆ ਰਾਜਸਥਾਨੀ ਭਰਾ ਆਪਣੇ, ਆਓ ਤੇ ਇੱਥੇ ਆ ਕੇ ਲੈ ਕੇ ਜਾਓ ਹਨਾ। ਤੇ ਬਾਈ ਇੱਕ ਹੋਰ ਕਰਕੇ ਦਿਖਾਈ ਆ, ਦੇਖੋ ਹੋਰ ਦੇਖ ਲਓ ਜੀ, ਆਪ ਇੱਕ ਨਹੀਂ ਬਾਰ ਬਾਰ ਦੇਖੋ। ਆ ਦੇਖੋ, ਇਹ ਹੈਗੇ ਆ ਮੋਟੀ ਮੋਟੀ ਪੱਤੀ, ਦੇਖੋ ਮਿੰਟ 'ਚ ਪਤਲੀ ਕਰ ਦੇਣਗੇ। ਦੇਖੋ ਇਹ ਕਿੱਲ ਲਾਏ ਹੋਏ ਇਹਨਾਂ ਨੇ ਮੋਟੇ ਮੋਟੇ। ਇਹ ਦੇਸੀ ਆਈਟਮ ਹੈ, ਦੇਸੀ ਜੁਗਾੜ ਹੈ ਜੀ। ਲਓ, ਇਹ ਹੋ ਗਿਆ ਕਰਤਾ ਪਤਲਾ। ਤੇ ਇਸ ਤੋਂ ਬਾਅਦ ਕੀ ਕਰਨਗੇ ਇਹਦਾ? ਇਸ ਕੇ ਬਾਅਦ ਕਟਿੰਗ ਹੋ ਗਈ ਹੈ। ਅੱਛਾ, ਇਹਦੀ ਕਟਿੰਗ ਹੋਏਗੀ? ਹਾਂ, ਇਹ ਐਸੇ ਹੋ ਕੇ। ਹਾਂਜੀ, ਫਿਰ ਇਹ ਕਟਿੰਗ ਹੋ ਜਾਏਗੀ ਐਸੇ। ਅੱਛਾ, ਕੀ ਬਾਤ ਹੈ, ਇਹ ਅਬ ਹੋ ਗਿਆ ਬਿਲਕੁਲ ਤਿਆਰ। ਤਿਆਰ ਹੋ ਗਿਆ, 50 ਦੇ ਦੋ।
ਲੋ ਮਿੱਤਰੋ ਭਰਾਵਾਂ ਦੀ ਹੈਲਪ ਕਰਿਓ, ਇੱਥੇ ਆ ਕੇ ਜ਼ਰੂਰ ਲੈ ਕੇ ਜਾਇਓ ਨਾ। ਦੁਕਾਨਾਂ ਵਗੈਰਾ 'ਚ ਆਪਾਂ ਚਲਾਉਂਦੇ ਹਾਂ, ਝਾੜੂ ਮਾਰਦੇ ਹਾਂ, ਅਤੇ ਸੌਂਦੇ ਵੀ ਇੱਥੇ ਬਾਈ? ਹਾਂਜੀ ਸੋਤੇ ਹੀ ਆ ਇੱਧਰੇ। ਹਾਂਜੀ ਕਿਆ ਬਾਤ ਆ, ਅਤੇ ਇੱਧਰ ਦੇਖੋ ਇੱਧਰ ਰੋਟੀ ਵੀ ਪਕਾਈ ਜਾ ਰਹੀ ਹੈ। ਇਹ ਖਾਣਾ ਵੀ ਬਣਾਤੇ ਹੀ ਹੈ, ਕਣਕ ਦਾ ਆਟਾ ਹੀ ਹੈ, ਗੇਹੂੰ ਕਾ, ਠੀਕ ਹੈ। ਕਿਆ ਬਾਤ ਆ, ਦੇਖੋ ਜੀ ਛੋਟਾ ਜਿਹਾ ਚੁੱਲ੍ਹਾ ਹੈ ਨਾ, ਅੱਗ ਲਾ ਕੇ ਰੋਟੀ ਦੇਖੋ। ਹੋਰ ਸਬਜ਼ੀ ਕੌਣ ਸੀ ਬਣਾਈ ਅੱਜ? ਸਬਜ਼ੀ ਅਬ ਮਰਸ ਨੇ ਖਾਏਗਾ। ਹੈਂ? ਅਬ ਗੋਡ ਲਾਏਗਾ ਬੋਟੀ, ਚਿਕਨ। ਚਿਕਨ? ਹਾਂ। ਕੌਣ ਸਾ ਚਿਕਨ? ਮੁਰਗਾ? ਮੁਰਗਾ। ਠੀਕ ਹੈ, ਲੋ ਜੀ ਲੋ ਜੀ ਦੇਖੋ ਰੋਟੀ ਦੇਖੋ, ਕਿੱਡੀ ਸੋਹਣੀ ਰੋਟੀ ਹੈ ਨਾ, ਮੋਟੀ ਰੋਟੀ। ਬਾਜਰੇ ਦੀ ਰੋਟੀ ਵੀ ਖਾਂਦੇ ਹੋ? ਮੱਕੀ ਦੀ? ਮੱਕੀ ਦੀ ਰੋਟੀ, ਠੀਕ ਹੈ। ਦੇਖੋ ਵੀਡੀਓ ਨੂੰ ਕਰ ਦਿਓ ਜੀ ਸ਼ੇਅਰ, ਦੇਖੋ ਰਹਿੰਦੇ ਵੀ ਇੱਥੇ ਆ, ਕੰਮ ਵੀ ਇੱਥੇ ਕਰਦੇ ਆ, ਸ਼ੇਅਰ ਕਰ ਦਿਓ ਵੀਡੀਓ ਨੂੰ, ਅਤੇ ਸੁਨਾਮ ਆ ਕੇ ਬਾਈਆਂ ਕੋਲੋਂ ਝਾੜੂ ਲੈ ਕੇ ਜ਼ਰੂਰ ਜਾਓ ਜੀ। ਸਤਿ ਸ਼੍ਰੀ ਅਕਾਲ।